ਪੰਜਾਬ ਵਿੱਚ ਇਸ ਬਿਮਾਰੀ ਨੇ ਮਚਾ ਦਿੱਤੀ ਹੈ ਤਬਾਹੀ 2290 ਕੇਸ ਆ ਗਏ ਨੇ ਸਾਹਮਣੇ ਖਾਸ ਕਰਕੇ ਇਸ ਬਿਮਾਰੀ ਦੇ ਨਾਲ ਔਰਤਾ ਜ਼ਿਆਦਾ ਹੋ ਰਹੀਆਂ ਨੇ ਪੀੜਤ ਤੁਹਾਨੂੰ ਦੱਸਿਏ ਕਿ ਪੰਜਾਬ ਦੇ ਵਿੱਚ ਇੱਕ ਬਿਮਾਰੀ ਇੰਨੀ ਕਿ ਜ਼ਿਆਦਾ ਫੈਲ ਗਈ ਹੈ ਹਾਲਾਂਕਿ ਇੱਕ ਪਾਸੇ ਲੋਕ ਕਰੋਨਾ ਮਹਾਮਾਰੀ ਕਰਕੇ ਜ਼ਿਆਦਾ ਪੀਰੀਅਡਸ ਹਨ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਹੁਣ ਇੱਕ ਹੋਰ ਬਿਮਾਰੀ ਨੇ ਕਹਿਰ ਮਚਾ ਦਿੱਤਾ ਹੈ ਪੰਜਾਬ ਵਿੱਚ ਇਸ ਬਿਮਾਰੀ ਦੇ ਨਵੇਂ ਕੇਸ ਸਾਹਮਣੇ ਆ ਚੁੱਕੇ ਨੇ 2200 ਨਵੇਂ ਕੇਸ ਜਿਹੜੇ ਸਾਹਮਣੇ ਆਏ ਪਰ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਇਹ ਬਿਮਾਰੀ ਦੇ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ ਤੁਹਾਨੂੰ ਦੱਸਿਏ ਕਿ ਇੱਥੇ ਹੁਣ ਔਰਤਾਂ ਨੂੰ ਸਾਵਧਾਨ ਜ਼ਰੂਰ ਹੋਣਾ ਚਾਹੀਦਾ ਹੈ ਤੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਵਧਿਤ ਕਰਨਾ ਚਾਹੀਦਾ ਹੈ ਪੰਜਾਬ ਆਪ ਦੇ ਵਿੱਚ ਹੁਣ ਕੈਂਸਰ ਦਾ ਕਹਿਰ ਜਾਦਾ ਹੀ ਵੱਜ ਚੁੱਕਾ ਇਸ ਸਾਲ ਸੂਬੇ ਵਿੱਚ ਕੈਂਸਰ ਦੇ 2200 ਨਵੇਂ ਮਰੀਜ਼ ਸਾਹਮਣੇ ਆਏ ਨੇ ਸਟੇਟ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਰੋਜ਼ਾਨਾ 70-80 ਕੈਂਸਰ ਦੇ ਮਰੀਜ਼ ਜਿਹੜੇ ਨੇ ਉਹਨਾਂ ਦਾ ਇਲਾਜ ਹੋ ਰਿਹਾ ਜਦਕਿ ਹਜ਼ਾਰਾਂ ਮਰੀਜ਼ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਨੇ ਤੇ ਤੁਹਾਨੂੰ ਦੱਸਿਏ ਕਿ ਇਹ ਜਿਹੜੀ ਬਿਮਾਰੀ ਆ ਇੰਨੀ ਕਿ ਜ਼ਿਆਦਾ ਵੱਧ ਚੁੱਕੀ ਆ ਤੇ ਵੱਧ ਦੇ ਕੈਂਸਰ ਦਾ ਕਾਰਨ ਨਕਲੀ ਜੀਵ ਸ਼ੈਲੀ ਅਤੇ ਫਸਲਾਂ ਵਿੱਚ ਕੀਟਨਾਸ਼ਕ ਵੀ ਦੀ ਜ਼ਿਆਦਾ ਵਰਤੋਂ ਦੱਸੀ ਜਾ ਰਹੀ ਹੈ ਤੇ ਇਸ ਸਬੰਧੀ ਸਟੇਟ ਕੈਂਸਰ ਹਸਪਤਾਲ ਅੰਮ੍ਰਿਤਸਰ ਦੇ ਮੁਖੀ ਪ੍ਰੋਫੈਸਰਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਔਰਤਾਂ ਉਹ ਛਾਤੀ ਦਾ ਕੈਂਸਰ ਫੂਡ ਪਾਈਪ ਅਤੇ ਸਰਵਾਈਕਲ ਕੈਂਸਰ ਹੋ ਰਿਹਾ ਹੈ ਇਸ ਤੋਂ ਇਲਾਵਾ ਮੂੰਹ ਅਤੇ ਗਲੇ ਵਿੱਚ ਤੋਂ ਇਲਾਵਾ ਮਰਦਾਂ ਵਿੱਚ ਫੇਫੜਿਆਂ ਦਾ ਕੈਂਸਰ ਆਮ ਹੋ ਚੁੱਕਿਆ ਬੱਚਿਆਂ ਵਿੱਚ ਠੋਸ ਟਿਊਮਰ ਅਤੇ ਬਲੱਡ ਕੈਂਸਰ ਦੇਖਿਆ ਜਾ ਰਿਹਾ ਹੈ ਤੁਹਾਨੂੰ ਇਹ ਦੱਸਦੀ ਹੈ ਕਿ ਜ਼ਿਆਦਾਤਰ ਮਾਮਲੇ ਪੀਜੀਆਈ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜ਼ਿਆਦਾ ਪਾਏ ਜਾ ਰਹੇ ਨੇ ਤੇ ਉਹਨਾਂ ਨੂੰ ਆਧੁਨਿਕ ਜੀਵਨ ਸ਼ੈਲੀ ਨੂੰ ਬਦਲ ਕੇ ਕੁਦਰਤੀ ਜੀਵਨ ਸ਼ੈਲੀ ਵੱਤੀਤ ਕਰਨ ਲਈ ਜਿਹੜੀ ਆ ਅਪੀਲ ਲੋਕਾਂ ਨੂੰ ਜ਼ਿਆਦਾ ਦਿੱਤੀ ਜਾ ਰਹੀ ਹੈ ਤਾਂ ਹੁਣ ਜ਼ਿਆਦਾਤਰ 9 ਤੋਂ 16 ਸਾਲ ਤੱਕ ਦੀਆਂ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਸਰਵਾਈਕਲ ਕੈਂਸਰ ਪ੍ਰੋਟੈਕਟਿਵ ਵੈਕਸੀਨ ਜਿਹੜੀਆਂ ਟੀਕੇ ਦੀਆਂ ਤਿੰਨ ਖੁਰਾਕਾਂ ਦਿੱਤੀਆਂ ਜਾਂਦੀਆਂ ਨੇ ਹੁਣ ਇਹ ਬਾਜ਼ਾਰ ਵਿੱਚ 800 ਤੋਂ 900 ਰੁਪਏ ਵਿੱਚ ਮਿਲਦੀ ਜਾ ਰਹੀ ਹੈ ਇਸ ਨੂੰ ਜਲਦੀ ਹੀ ਸਰਕਾਰੀ ਅਦਾਰਿਆਂ ਵਿੱਚ ਉਪਲਬਧ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਤੁਹਾਨੂੰ ਇਹ ਦੱਸ ਦਈਏ ਸਰਕਾਰ ਵੱਲੋਂ ਪੰਜਾਬ ਦੇ ਦੀਆਂ ਦੋ ਕੈਂਸਰ ਸੰਸਥਾਵਾਂ ਨੂੰ ਜੋ ਹੈ ਕਈ ਜ਼ਿਆਦਾ ਕਰੋੜ ਮੁਆਵਜ਼ਾ ਵੀ ਦਿੱਤਾ ਗਿਆ ਤੇ ਨਾਲ ਹੀ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਰਿਪੋਰਟ 2022 ਅਨੁਸਾਰ ਪੰਜਾਬ ਵਿੱਚ ਸਾਲ 2020 ਵਿੱਚ ਕੈਂਸਰ ਦੇ ਨਵੇਂ ਕੇਸਾਂ ਦੀ ਅਨੁਮਤੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਹੁਣ ਕੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਮੁਸ਼ਕਲਾਂ ਜ਼ਿਆਦਾ ਹੁਣ ਦੇਖਦੀਆਂ ਨਜ਼ਰ ਆ ਰਹੀਆਂ ਨੇ ਜ਼ਿਆਦਾਤਰ ਜਾਨੀ ਕਿ ਕੈਂਸਰ ਦੇ ਮਰੀਜ਼ ਜਿਹੜੇ ਨੇ ਪੀੜਤ ਜਿਹੜੇ ਲੋਕ ਕੈਂਸਰ ਤੋਂ ਹੋ ਰਹੇ ਨੇ ਔਰਤਾਂ ਹੀ ਜ਼ਿਆਦਾ ਕੈਂਸਰ ਦੇ ਮਰੀਜ਼ ਜੜੀਆਂ ਪਾਈਆਂ ਜਾ ਰਹੀਆਂ ਨੇ ਤੇ 9 ਤੋਂ 16 ਸਾਲ ਦੀਆਂ ਲੜਕੀਆਂ ਨੂੰ ਜਿਹੜਾ ਸਰਵਾਈਕਲ ਦਾ ਕੈਂਸਰ ਜ਼ਰੂਰ ਹੋ ਰਿਹਾ ਤਾਂ ਹੁਣ ਖਾਸ ਕਰਕੇ ਇੱਥੇ ਔਰਤਾਂ ਨੂੰ ਜੋ ਸਾਵਧਾਨੀ ਵਰਤ ਲੈਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਵਿੱਚ ਤੁਹਾਡੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ ਜੇਕਰ ਤੁਹਾਨੂੰ ਮਾੜੀ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਤਕਲੀਫ ਨਜ਼ਰ ਆਉਂਦੀ ਹੈ ਤੁਹਾਡੇ ਦਰਦ ਹੁੰਦਾ ਹੈ ਤੇ ਤੁਹਾਨੂੰ ਤੁਰੰਤ ਆਪਣਾ ਇਲਾਜ ਕਰਵਾਉਣਾ ਚਾਹੀਦਾ ਤੁਹਾਨੂੰ ਚੈੱਕਅਪ ਕਰਵਾਉਣਾ ਚਾਹੀਦਾ ਨਹੀਂ ਤਾਂ ਬਾਅਦ ਵਿੱਚ ਇੰਨੀ ਕੁ ਜ਼ਿਆਦਾ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਆਖਰ ਕੈਂਸਰ ਦਾ ਇਲਾਜ ਜ਼ਰੂਰ ਹੁੰਦਾ ਪਰ ਜਦੋਂ ਜ਼ਿਆਦਾ ਹੀ ਸਟੇਜਸ ਦੀ ਵਾਝਾਵੇ ਆਖਰੀ ਸਟੇਜ ਤੇ ਆਵੇ ਤਾਂ ਆਦਮੀ ਦਾ ਇਨਸਾਨ ਦਾ ਬਚਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਤਾਂ ਹੁਣ ਜਿੱਤੇ ਇੱਕ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੁਣ ਇਹ ਬਿਮਾਰੀ ਜਿਹੜੀ ਆ ਤਬਾਹੀ ਮਚਾਉਂਦੀ ਹੋਈ ਨਜ਼ਰ ਆ ਰਹੀ ਆ ਤਾਂ ਇਸ ਕਰਕੇ ਵਾਦ ਤੋਂ ਬਾਅਦ ਲੋਕਾਂ ਤੱਕ ਇਸ ਖਬਰ ਨੂੰ ਪਹੁੰਚਾਉ ਉਹ ਜਿਹੜੇ ਲੋਕ ਨੇ ਉਹ ਸਾਵਧਾਨ ਰਹਿਣ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਬਿਮਾਰੀ ਜਿਹੜ ਉਹ ਜੜਾ ਦੇ ਵਿੱਚ ਵਹਿ ਰਹੀ ਆ ਤੇ ਕਿਸ ਤੋਂ ਸਾਨੂੰ ਬਚਣਾ ਚਾਹੀਦਾ